ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਠਿਕਰੀ ਬਾਰਡਰ ਦੇ ਉੱਤੇ, ਜਿੱਥੇ ਤੁਸੀਂ ਪਿੱਛੇ ਦੇਖ ਸਕਦੇ ਹੋ ਬ੍ਰੈਡ ਅਤੇ ਆਲੂ ਦੀਆਂ ਟਿੱਕੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਸਾਡੇ ਵੀਰਾਂ ਵੱਲੋਂ। ਇਹ ਜਿਹੜਾ ਲੰਗਰ ਆ ਹਰਿਆਣੇ ਵੱਲੋਂ ਲੱਗਿਆ ਗਿਆ, ਆਪਾਂ ਗੱਲ ਕਰਦੇ ਜਿਹੜੇ ਇਹਨਾਂ ਦੇ ਲੰਗਰ ਦੇ ਮੁਖੀ ਆ ਵੀ ਕਿਹੜਾ ਪਿੰਡ ਆ ਹਰਿਆਣੇ ਦਾ ਜਿਨ੍ਹਾਂ ਨੇ ਲਗਾਇਆ, ਅਤੇ ਮੈਂ ਸੰਜੀਵ ਜੀ ਨੂੰ ਬੇਨਤੀ ਕਰੂੰਗਾ ਵੀ ਨਾਲ ਦੀ ਨਾਲ ਆ ਜਾਣ ਅੱਗੇ ਨੂੰ, ਅਤੇ ਆਪਾਂ ਉਹਨਾਂ ਦੀ ਨਾਲ ਗੱਲਬਾਤ ਕਰਦੇ। ਕੀ ਹਾਲ ਆ ਵੀਰ ਜੀ? ਅਤੇ ਸੰਜੀਵ ਜੀ ਨੂੰ ਬੇਨਤੀ ਹੈ ਵੀ ਇੱਧਰ ਵੀਰ ਜੀ ਨਾਲ ਆਪਾਂ ਗੱਲ ਕਰਨੀ ਆ ਥੋੜ੍ਹੀ ਜਿਹੀ, ਅਤੇ ਪੁੱਛਣਾ ਇਹਨਾਂ ਨੂੰ ਕਿਹੜੀ ਜਗ੍ਹਾ ਤੋਂ ਆਏ ਵੀਰ ਜੀ? ਮੇਰਾ ਪਿੰਡ ਲੇਤਾਣੀ ਹੈ ਜੀ, ਜ਼ਿਲ੍ਹਾ ਹਿਸਾਰ ਹਰਿਆਣਾ ਸੇ। ਹਰਿਆਣਾ? ਹਾਂਜੀ। ਕੀ ਨਾਂ ਹੈ ਤੁਹਾਡਾ? ਸੁਖਵੀਰ ਡਾਂਡਾ ਜੀ। ਅਤੇ ਕਿੰਨੇ ਦਿਨਾਂ ਤੋਂ ਸੇਵਾ ਨਿਭਾ ਰਹੇ ਹੋ ਲੰਗਰ ਦੀ? ਬਹੁਤ ਦਿਨ ਹੋ ਗਏ ਜੀ, ਗਿਣਤੀ ਨਹੀਂ। ਅਤੇ ਅੱਜ ਕੀ ਵਰਤਾ ਰਹੇ ਹੋ ਲੰਗਰ 'ਚ? ਅੱਜ ਪਹਿਲੇ ਬ੍ਰੈਡ ਪਕੌੜੇ ਜੀ, ਫਿਰ ਬਾਅਦ ਮੈਂ ਜਲੇਬੀਆਂ ਚਲੇਗੀ ਜੀ। ਪਹਿਲੇ ਚਾਵਲ ਹੈ ਜੋ ਕੱਢੀ ਹੈ, ਉਹ ਕੜੀ ਚਾਵਲ ਚੱਲ ਰਹੇ? ਹਾਂਜੀ। ਅਤੇ ਫਿਰ ਇੱਡਾ ਜਿਹੜਾ ਖਰਚਾ ਲੰਗਰ ਦਾ ਕੌਣ ਚੱਕ ਰਿਹਾ ਜੀ? ਉਹ ਕੁਛ ਨਹੀਂ ਜੀ, ਅਸੀਂ ਪਸ਼ੂ ਪਾਲਕ ਹਾਂ। ਅੱਛਾ। ਮਨੋ ਹਾਂ ਤੋ ਕਿਸਾਨ ਨਹੀਂ, ਫਿਰ ਪਸ਼ੂ ਪਾਲਕ ਜੋ ਭੈਂਸੋਂ ਕੀ ਸੇਲ ਪਰਚੇਜ਼ ਲਗਾ ਲਿਓ, ਜਾਂ ਪਹਿਲੇ ਭੈਂਸ ਵੀ ਸੇਲ ਕੀਤੀ, ਉਹ ਸਭ ਨੇ ਆਪਣੇ ਵੀ ਪਤਾ ਹੋਗਾ। ਹਾਂਜੀ। ਮੇਰੇ ਪਾਸ ਸਰਸਵਤੀ ਨਾਂ ਦੀ ਮੱਝ ਸੀ, ਅਤੇ ਹੋਰ ਅਸੀਂ 5-6 ਬੰਦਿਆਂ ਦਾ ਵਟਸਐਪ ਗਰੁੱਪ ਹੈ, ਸਭ ਮਿਲ ਕੇ ਸੇਵਾ ਕਰ ਰਹੇ। ਕਿਆ ਬਾਤ ਹੈ। ਹਾਂਜੀ। ਅਤੇ ਕੀ ਲੱਗਦਾ ਤੁਹਾਨੂੰ, ਜਿਹੜੀ ਆਪਾਂ ਮੰਗਾਂ ਮੰਗ ਰਹੇ ਹਾਂ ਸਰਕਾਰ ਤੋਂ, ਹਾਂਜੀ, ਉਹਨਾਂ ਮੰਗਾਂ 'ਤੇ ਕਿੰਨਾ ਕੁ ਪੂਰਾ ਉਤਰਦੀ ਨਜ਼ਰ ਆ ਰਹੀ ਹੈ ਸਰਕਾਰ ਤੁਹਾਨੂੰ? ਨਹੀਂ, ਮੰਨਣੀ ਤਾਂ ਪੜੇਗੀ ਜੀ ਸਰਕਾਰ। ਇਹ 31 ਤਾਰੀਖ ਕੋ ਜਾਂ 30 ਤਾਰੀਖ ਕੋ ਜੋ ਮੀਟਿੰਗ ਥੀ, ਉਸਮੇ ਇੱਕ ਦੋ ਮੰਗਾਂ ਤੋਂ ਮੰਨ ਲਈ ਗਈ ਹੈ, ਔਰ 4 ਤਾਰੀਖ ਕੋ ਲਗਭਗ ਮੰਨਣੀ ਚਾਹੀਏ। ਠੀਕ ਹੈ। ਹਾਂਜੀ। ਲੱਗਦਾ ਵੀ 15-20 ਦਿਨ ਦੇ ਵਿੱਚ, 26 ਜਨਵਰੀ ਤੋਂ ਪਹਿਲਾਂ ਕੋਈ ਨਹੀਂ? ਪਹਿਲੇ ਤੋਂ ਮੰਨਣੀ ਹੀ ਪੜੇਗੀ ਜੀ, ਉਹ ਤਾਂ ਸਰਕਾਰ ਨੂੰ ਵੀ ਪਤਾ, ਦੇਖੋ ਪ੍ਰੈਸ਼ਰ ਪਿਆ ਹੋਇਆ ਹੈ ਸਾਰੇ ਪਾਸੋਂ, ਦਿੱਲੀ ਮਾਨੋ ਜਿਤਨੇ ਕਿਸਾਨ ਭਾਈ ਹੈ ਸਾਰੇ ਆ ਗਏ, ਚਾਹੇ ਉਹ ਰਾਜਸਥਾਨ ਸੇ ਹੈ, ਹਰਿਆਣਾ ਸੇ, ਦਿੱਲੀ ਸੇ, ਈਸਟ ਸੇ, ਯੂਪੀ ਸੇ, ਜਾਂ ਪੰਜਾਬ ਕੇ ਤੋਂ ਹੈ ਜੀ ਸਾਰੇ ਭਾਈ। ਹਾਂ। ਇਹ ਸੀ ਸਾਡੇ ਨਾਲ ਵੀਰ ਜੀ, ਜੋ ਕਿ ਹਰਿਆਣੇ ਤੋਂ ਆ ਕੇ ਲੰਗਰ ਲਗਾ ਰਹੇ ਹਾਂ, ਅਤੇ ਸਵੇਰੇ ਕੜੀ ਚਾਵਲ ਚੱਲ ਰਿਹਾ, ਅਤੇ ਬ੍ਰੈਡ ਪਕੌੜਿਆਂ ਦਾ ਲੰਗਰ, ਉਸ ਤੋਂ ਬਾਅਦ ਵੀ ਜਲੇਬੀਆਂ ਦਾ ਲੰਗਰ, ਦੇਸੀ ਘਿਓ ਉਸ ਦੇ ਵਿੱਚ ਬਣਾਉਣਗੇ ਜਲੇਬੀਆਂ ਮੇਰੇ ਵੀਰ, ਕਿਉਂਕਿ ਸਾਰੀ ਤਿਆਰੀ ਹੋ ਚੁੱਕੀ ਆ, ਅਤੇ ਅਸੀਂ ਤੁਹਾਨੂੰ ਉਹ ਕਰਦੇ ਹਾਂ ਜੀ, ਮਾਨੋ ਕਵੀ ਮਾਲਪੂੜੇ ਹੋ ਗਏ, ਕਵੀ ਗੁਲਾਬ ਜਾਮਣ ਹੋ ਗਈ, ਰਸਗੁੱਲੇ ਹੋ ਗਏ, ਖੀਰ ਹੋ ਗਈ, ਅਲੱਗ ਅਲੱਗ ਹੁੰਦਾ ਜੀ, ਦਹੀਂ ਬੱਲੇ ਵੀ ਕਰਦੇ ਹਾਂ, ਬਸ ਸਾਰੀ ਇਹ ਮਹਿਸੂਸ ਨਾ ਹੋ ਕਿ ਬਈ ਆਪਣੇ ਘਰ ਜੈਸਾ ਮਾਹੌਲ ਹੈ, ਇਹ ਮਹਿਸੂਸ ਨਾ ਹੋ ਕਿ ਬਈ ਆਪਾਂ ਯਹਾਂ ਬੈਠੇ ਹਾਂ, ਦੇਖੋ ਸਰਦੀ ਤਾਂ ਹੈ ਹੀ, ਫਿਰ ਘਰ ਜੈਸਾ ਮਾਹੌਲ। ਉਹ ਠੀਕ ਹੈ। ਹਾਂਜੀ। ਤੁਹਾਡਾ ਕੀ ਨਾਮ ਵੀਰ ਜੀ? ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਜੀ, ਮੈਂ ਬਰਵਾਲੇ ਤੋਂ। ਅੱਛਾ ਜੀ। ਹਾਂ, ਮੈਂ ਹਲਵਾਈ ਦਾ ਕੰਮ ਕਰਦਾ, ਹਲਵਾਈ ਤੋਂ ਪਹਿਲੇ ਮੈਂ ਕਿਸਾਨ ਵੀ ਹਾਂ। ਠੀਕ ਹੈ। ਹਾਂ, ਤਾਂ ਫਿਰ ਇਹ ਕਿਸਾਨਾਂ ਦੀ ਸੇਵਾ ਕਰਦੇ ਹਾਂ, ਸੇਵਾ 'ਚ ਆਏ ਹੋਏ ਹਾਂ, ਖਾਸਾ ਚਿਰ ਹੋ ਗਿਆ ਸਾਨੂੰ ਇੱਥੇ ਆਇਆ ਨੂੰ। ਅਤੇ ਕੱਠ ਕਿੰਨਾ ਕੁ ਹੈਗਾ ਇੱਥੇ ਬਾਰਡਰ ਦੇ ਉੱਤੇ? ਬਾਰਡਰ ਦੇ ਉੱਤੇ ਕੱਠ ਮੈਨੂੰ ਤਾਂ ਐਂ ਲੱਗਦਾ ਲਗਭਗ 35-40 ਲੱਖ ਬੰਦਾ ਇਕੱਠੇ ਹੈ। ਹਾਂ, ਇਕੱਠੇ ਸਾਰੇ ਸਟੇਟਾਂ ਤੋਂ ਆਏ ਹੋਏ ਨੇ, ਅਤੇ ਵੱਖਰੇ ਵੱਖਰੇ ਆਪਣੇ ਆਪਣੇ ਬਾਰਡਰਾਂ 'ਤੇ ਖੜ੍ਹੇ ਹੈ। ਇਹ ਸੀ ਅੱਜ ਅਸੀਂ ਠਿਕਰੀ ਬਾਰਡਰ 'ਤੇ ਆਏ ਸੀ, ਅਤੇ ਅੱਜ ਕੁਝ ਵੀਰਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਕਿਉਂਕਿ ਕਈ ਦਿਨਾਂ ਤੋਂ ਅਸੀਂ ਸੇਵਾ ਨਿਭਾ ਰਹੇ ਹਾਂ ਸਿੰਘੂ ਬਾਰਡਰ ਦੇ ਉੱਤੇ, ਅਤੇ ਅੱਜ ਇਸ ਬਾਰਡਰ ਦੇ ਉੱਤੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਦਿਖਾਵਾਂਗੇ, ਅਲੱਗ ਅਲੱਗ ਲੰਗਰਾਂ ਦੀਆਂ, ਅਲੱਗ ਅਲੱਗ ਬੁਲਾਰਿਆਂ ਦੀਆਂ, ਅਤੇ ਉੱਘੇ ਜਿਹੜੇ ਕਿਸਾਨ ਆ ਜਿਹੜੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ, ਜਿਹੜੇ ਮੰਚ ਤੋਂ ਉੱਤੋਂ ਸੰਬੋਧਨ ਕਰ ਰਹੇ ਹਾਂ ਸਾਰੀ ਸੰਗਤ ਨੂੰ, ਅਤੇ ਤੁਸੀਂ ਸਾਡੇ ਨਾਲ ਬਣੇ ਰਹੋ।